हिमाचल सैस ला असि जो पानी आऊगा सैस लावे लाओ सैस बिलकुल रखे मैं थोड़े ना एक मिनट जी एरिया अपना मर गया ठीक है एक मिनट जी चलो छो डुब जाएंगे लोग छो जी हूं तो रेह तो सठ कम हो गया सो ए नहीं होना सही नगा लिया इस बार ओवरफ्लो हो गया की करिए पर फिर भी बहुत सारे नदियां नाले क्योंकि आप चला ले उदे करके थोड़ा डाइवर्शन हो गई पानी दी इधर उधर खिंड गया नहीं तो और जगह सब प्रॉब्लम आनी चाहिए सर इदी ना थोड़ी कैपेसिटी बढ़ा ले ऊपर पानी जब हो जाता कोई दरख्त आन के रह जाए वो भी एक जदा ना मोर फन बन जाता पानी इते नो काफला हेड करके पीछे भी जाना यार ये कोई भूकंप हो जाए जिन्ना भी जाली बूटी और रेता भी सर मेरे ख्याल तीन चार फुट ही थले रेता इधर बाहर ही दसी जाती है पर मैनू नहीं लगता कि अपन टेंडर की वेट करनी चाहिए या कुदरती वेट करनी चाहिए जो फसल ना भी हो सफाई तो उदो ही हो सकती है जो फसल ना हो जो फसल आ गई उदो की सफाई करो पिछले अगस्त उधर लेके आंदा भी उत्थे दिखा ले भी उत्थे खड़ो पानी उधर एंटर करूंगा तो इत्थों दी निकलूगा पानी तो ओही उच्चा मुंह भी उच्चा टेंडर पाऊगा फिर जे टेंडर ना पाया कोई होर पाऊगा फिर ओदी फिर 15 दिन ओनू देवांगे फिर 60 दिन दी कोई लिटिगेशन पा दूगा हाई कोर्ट 60 दिन दे दूगी चलो छो तो डुब जाएंगे लोग छो जी हूं तो रेह तो सठ कम हो गया सो ए नहीं होना ये होनी कौन करना दसो सो जो अपने को ऐसा पिया नैचुरल डिजास्टर वास्ते इट शुड बी डिकलेयर्ड एज ए नैशनल आपदा असी की करिए साडे दरिया ने सत हूं नहीं मंगता कोई हरियाणा पानी हूं नहीं कोई राजस्थान मंगता पानी हूं नहीं हिमाचल आए सैस लाने आजो है डुबीए मरीए असी कोई गल हमेशा कुर्बानियां दे के कौमां बचाईया हुई ने दूजिया कौमां भी बचाईया हुई कुर्बानियां दे के So, we should be.
ਬਾਬਾ ਜੀ ਨੇ ਜਿਵੇਂ ਕਹਿਣਗੇ ਕੋਈ ਐਮ ਪੀ ਸਾਹਿਬ ਖੜੇ ਕੋਈ ਵੀ ਪੈਸੇ ਵੱਲੋਂ ਪਾਉਣ ਪਰ ਤੁਸੀਂ ਆਪਣੀ ਨੀਅਤ ਵੱਲੋਂ ਪ੍ਰੋਬਲਮ ਨਾ ਕਰ ਦਿਓ ਜੇ ਸੀ ਬੀ ਲਾ ਦਿਓ 14 ਜੇ ਸੀ ਬੀਆਂ ਲੱਗਦੀਆਂ ਕੋਈ ਜੇ ਸੀ ਬੀ ਐਸ ਸੀ ਹੈ ਜਿਹੜੀ ਨਹੀਂ ਮਿਲਦੀ ਪੰਜਾਬ 'ਚ ਕਿਤੋਂ ਮਹਾਰਾਸ਼ਟਰ ਤੋਂ ਮੰਗਵਾਉਣੀ ਪੈ ਰਹੀ ਹੈ ਮੰਗਵਾ ਲਓ ਕੋਈ ਕਰੇਨ ਐਸ ਸੀ ਹੈ ਜਿਹੜੀ ਇੱਥੇ ਨਹੀਂ ਮਿਲਦੀ ਮੰਗਾ ਲਓ ਪਰ ਮੈਂ ਆਪਦੇ ਲੋਕਾਂ ਨੂੰ ਵਾਰ 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 ਮੈਂ ਮੌਕਾ ਦੇਖਣ ਨਹੀਂ ਆ ਸਕਦਾ ਮੌਕਾ ਦੇਖਣ ਦਾ ਕੀ ਫਾਇਦਾ ਇਹ ਤੋਂ ਪਹਿਲਾਂ ਵੀ ਮੌਕਾ ਦੇਖ ਕੇ ਮੈਂ ਵੀ ਮੌਕਾ ਦੇ ਗਿਆ ਕੀ ਫਰਕ ਪੈ ਗਿਆ ਜੀ ਸੋ ਮੈਂ ਮੌਕਾ ਦੇਖਣ ਵਾਲੇ ਕੰਮ ਬੰਦ ਕਰਨੇ ਚਾਹੁੰਦਾ ਠੀਕ ਹੈ ਨਾ ਇਟਸ ਮਾਈ ਸਟ੍ਰਿਕਟ ਆਰਡਰ ਸੋ ਇੱਕ ਪੂਰੀ ਪੂਰੀ ਉਹ ਬਣਾਓ ਠੀਕ ਹੈ ਨਾ ਜਿੰਨੇ ਪੈਸੇ ਚਾਹੀਦੇ ਆਪਾਂ ਨੂੰ ਦੁਬਾਰਾ ਇੱਥੇ ਨਾ ਆਉਣਾ ਹਾਂ ਜੇ ਲੋਕ ਆਉਣ ਇੱਥੇ ਫੋਟੋ ਖਿਚਾਉਣਾ ਐਡਵੈਂਚਰ ਵਾਸਤੇ ਆ ਸਕਦੇ ਨੇ ਪਰ ਮੈਂ ਭਗਵੰਤ ਮਾਨ ਜੀ ਅੱਜ ਉੱਥੇ ਆਏ ਅਤੇ ਉਹਨਾਂ ਨੇ ਮੌਕਾ ਦੇਖਿਆ ਅਤੇ ਖਬਰਾਂ ਪੁਰਾਣੀਆਂ ਨੇ ਠੀਕ ਹੈ ਸੋ ਪੈਸੇ ਦੀ ਕੋਈ ਕਮੀ ਬਿਲ ਪਾਵੇ ਮੇਰੇ ਕੋਲ ਪੈਸਾ ਮਤ ਕੋਈ ਕਮੀ ਨਹੀਂ ਆਊਗੀ ਮੈਂ ਇੱਕ ਮਿੰਟ ਮੈਂ ਦੱਸ ਦੇਣਾ ਪੂਰਾ ਇਮਾਨਦਾਰ ਸੀਐਮ ਭਗਵੰਤ ਮਾਨ ਜੀ ਜਿੰਦਾਬਾਦ ਮੁੰਡੇ ਬੜੇ ਚਿਰ ਦੀ ਅਸੀਂ ਸੇਵਾ ਕਰਦੇ ਹਾਂ ਸਾਰੇ ਅੰਮ੍ਰਿਤਸਰੋਂ ਆਏ ਜ਼ਿਲ੍ਹੇ ਤੋਂ ਆਏ ਆ ਜਿਹੜੀਆਂ ਨਹਿਰਾਂ ਬੰਦ ਪਈਆਂ ਜੀ ਤੁਸੀਂ ਸੀਐਮ ਆ ਕਾਹਤੋਂ ਪਈਆਂ ਜੀ 18,000 ਕਿਊਸਕ ਤੋਂ ਵੱਧ ਆਪਾਂ ਰਾਜਸਥਾਨ ਨੂੰ ਦੇ ਨਹੀਂ ਸਕਦੇ ਨਹੀਂ ਹੁਣ ਪਾਂਤਾ ਜੀ ਹੁਣ ਮਤਲਬ ਆਪਾਂ ਇੱਕ ਮਿੰਟ ਆਪ ਤਾਂ ਆਪਣੇ ਅੱਜ ਘਰੇ ਆਈ ਆ ਮੇਰੇ ਆਰਾਮ ਨਾਲ ਵੀ ਗੱਲ ਆਰਾਮ ਕੱਲ ਵਾਲਾ ਮੇਰਾ ਬਿਆਨ ਸੁਣਿਆ ਹਾਂਜੀ ਕਿ ਹੁਣ ਕਿਉਂ ਨਹੀਂ ਹਰਿਆਣਾ ਪਾਣੀ ਮੰਗਦਾ ਸਹੀ ਗੱਲ ਹੈ ਹੁਣ ਕਿਉਂ ਨਹੀਂ ਰਾਜਸਥਾਨ ਪਾਣੀ ਮੰਗਦਾ ਹੁਣ ਕਿਉਂ ਨਹੀਂ ਹਿਮਾਚਲ ਸੈਸ ਲਾਉਂਦਾ ਕਿ ਅਸੀਂ ਜਿਹੜਾ ਪਾਣੀ ਆਊਗਾ ਸੈਸ ਲਾਵਾਂਗੇ ਲਾਓ ਸੈਸ ਬਿਲਕੁਲ ਠੀਕ ਬਲੂ ਰੱਖਿਆ ਮੈਂ ਤੁਹਾਡੇ ਨਾਲ ਬਿਲਕੁਲ ਠੀਕ ਆ ਨਹੀਂ ਇੱਕ ਮਿੰਟ ਜੀ ਆ ਏਰੀਆ ਆਪਣਾ ਮਰ ਗਿਆ ਠੀਕ ਆ ਇੱਕ ਮਿੰਟ ਜੀ ਆ ਠੀਕ ਆ ਆਪਾਂ ਵੇਖ ਲਓ ਬਸ ਜਾ ਕੇ ਵੇਖੋ ਨੀ ਥੱਲੇ ਜਾ ਕੇ ਗਾ ਪਿੰਡ ਵਾਲੇ ਪੱਧਰ ਤੇ ਖਤਮ ਹੋਇਆ ਪਿਆ ਸਭ ਕੁਝ ਜੀ ਮੈਂ ਹੈਗਾ ਮੈਂ ਪਿੰਡ ਵਾਲੇ ਪੱਧਰ ਤੋਂ ਹਾਂ ਹਲੋ ਜੀ ਦੇਖੋ ਜੀ ਸੀਐਮ ਸਾਹਿਬ ਦੇਖੋ ਤੇ ਤੇਰੇ ਪੈਰ ਹਜੇ ਸਾਡੇ ਵਰਗੇ ਨੇ ਸਾਡੇ ਮੈਂ ਪਿੰਡ ਵਾਲਾ ਹੀ ਆ ਮੈਨੂੰ ਪਿੰਡ ਦਾ ਬਿਲਕੁਲ ਠੀਕ ਆ ਸਹੀ ਆ ਬਿਲਕੁਲ ਠੀਕ ਆ ਮੈਂ ਸਮਝ ਗਿਆ ਜੀ ਮੇਰੇ ਵਾਲਾ ਸੋ ਮੈਨੂੰ ਬੋਲ ਲੈਣ ਗੱਲ ਕਰੀਏ ਆਪਣੀ ਮੁਸ਼ਕਲ ਦੱਸੀਏ ਜੇ ਮੇਰੇ ਬੋਲਣ ਤੋਂ ਬਾਅਦ ਕੋਈ ਸਵਾਲ ਰਹਿ ਗਿਆ ਭਰਾ ਮੇਰੇ ਉਹ ਕਰ ਲੈ ਪਹਿਲਾਂ ਕਦੇ ਇੰਨਾ ਮੁੱਖ ਮੰਤਰੀ ਦੇ ਨੇੜੇ ਨਹੀਂ ਲੱਗਾ ਨਾ ਮੈਂ ਅਸੀਂ ਬਹੁਤ ਕਿਸਮਤ ਵਾਲੇ ਹਾਂ ਕਿ ਸਾਨੂੰ ਸੰਤ ਬਲਵੀਰ ਸਿੰਘ ਸੀਚੇਵਾਲ ਵਰਗੇ ਰਾਜ ਸਭਾ ਦੇ ਵਿੱਚ ਜਿੱਥੇ ਕਾਨੂੰਨ ਘੜੇ ਜਾਂਦੇ ਨੇ ਉੱਥੇ ਜਾ ਕੇ ਉਹ ਬੋਲਦੇ ਨੇ ਅਤੇ ਸੀਚੇਵਾਲ ਸਾਹਿਬ ਨਾਲ ਨੇ ਸਾਹਿਬ ਐਮ ਪੀ ਜਿਹੜੇ ਜਲੰਧਰ ਤੋਂ ਨਵੇਂ ਚੁਣੇ ਨੇ 20 ਜੁਲਾਈ ਸਹੁੰ ਚੁੱਕਣੀ ਹੈ ਸਹੁੰ ਚੁੱਕਣ ਤੋਂ ਪਹਿਲਾਂ ਇੰਨੇ ਕੰਮ ਕਰਤੇ ਸਹੁੰ ਚੁੱਕਣ ਤੋਂ ਬਾਅਦ ਤਾਂ ਕਰਨੇ ਹੀ ਕਰਨੇ ਬਾਅਦ 'ਚ 20 ਜੁਲਾਈ ਨੂੰ ਸਹੁੰ ਸਮਾਗਮ ਹੋਊਗਾ ਜਿੰਨੇ ਵੀ ਸਾਡੇ ਸਾਰੇ ਮੈਂ ਅੱਜ ਇਹ ਨਹੀਂ ਮੇਰੀਆਂ ਫੋਟੋਆਂ ਹੋ ਜਾਣ ਮੈਂ ਆਇਆ ਕਿ ਅੱਗੇ ਤੋਂ ਮੈਨੂੰ ਆਉਣ ਦੀ ਲੋੜ ਨਾ ਪਵੇ ਇੱਥੇ ਬਿਲਕੁਲ ਸਹੀ ਗੱਲ ਹੈ ਭਗਵੰਤ ਮਾਨ ਜਿੰਦਾਬਾਦ ਭਗਵੰਤ ਮਾਨ ਜਿੰਦਾਬਾਦ ਯਾਰ ਆ ਗਿਆ ਮੁੱਖ ਮੰਤਰੀ ਨੇ ਮੌਕਾ ਦੇਖਿਆ ਸਹੀ ਤਾਂ ਯਾਰ ਇਹਦੂ ਪਹਿਲਾਂ ਵੀ ਖਬਰਾਂ ਛਪ ਗਈਆਂ ਹੋਣਗੀਆਂ ਅਗਰ ਕੈਪਟਨ ਆ ਗਿਆ ਸੁਖਬੀਰ ਆ ਗਿਆ ਮੌਕਾ ਥੱਲੇ ਕੀਤੇ ਹੋਏ ਠੀਕ ਹੈ ਨਾ ਅਸੀਂ ਕੋਰਟ ਤੋਂ ਲੈ ਗਏ ਸਟੇ ਲੈ ਗਏ ਮੈਂ ਵੀ ਨੀ ਕੁਛ ਕਰ ਸਕਦਾ ਸੀ ਉਦੋਂ ਤੁਸੀਂ